ਸਲਾਮ ਅਲੈਕੁਮ ਵੀਰੋ, ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਹੈ ਲੋਕਾਂ ਨੂੰ ਅਵੇਅਰਨੈਸ ਦੇਣ ਵਾਸਤੇ ਤਾਂ ਬਹੁਤ ਵਧੀਆ ਇੱਕ ਪਲੇਟਫਾਰਮ ਹੈ। ਲੋਕਾਂ ਨੂੰ ਤਰੀਕ ਵੀ ਪੜ੍ਹਾਈ ਜਾ ਸਕਦੀ ਹੈ, ਲੇਕਿਨ ਅਮਲੀ ਤੌਰ 'ਤੇ ਜੁੜਨ ਵਾਸਤੇ ਤੁਹਾਨੂੰ ਜ਼ਮੀਨੀ ਜੱਦੋਜਹਿਦ ਕਰਨੀ ਪੈਂਦੀ, ਗਰਾਊਂਡ 'ਤੇ ਜੱਦੋਜਹਿਦ ਕਰਨੀ ਪੈਂਦੀ। ਅਸੀਂ ਉਸੇ ਸਿਲਸਿਲੇ ਦੀ ਇੱਕ ਕੜੀ ਸੀ ਜਿਹੜਾ ਪਿੰਡ ਇੱਕ ਪ੍ਰੋਗਰਾਮ ਕੀਤਾ, ਉਹਦੇ ਵਿੱਚ ਜਿਹੜਾ ਅਸੀਂ ਫਨਕਾਰਾਂ ਦਾ ਇਸਤੇਮਾਲ ਕੀਤਾ ਇੱਕ ਸਹੀਰ ਪੜ੍ਹਨ ਵਾਸਤੇ ਸੱਤਿਆ, ਉਹ ਵੀ ਇਹ ਸੀ ਕਿ ਇੱਕ ਤਾਂ ਬਾਬਿਆਂ ਦਾ ਜਿਹੜਾ ਕਲਾਸੀਕਲ ਕਲਾਮ ਹੈ ਪੰਜਾਬੀ ਦਾ ਉਹ ਰਿਵਾਈਵ ਹੋਵੇ, ਅੱਜ ਦੀ ਨਵੀਂ ਨਸਲ ਨੂੰ ਪਤਾ ਲੱਗੇ ਕਿ ਐਡਾ ਵਧੀਆ ਕਲਾਮ ਸੀ। ਸਾਡੇ ਬਚਪਨ 'ਚ ਤਾਂ ਹਰ ਪਿੰਡ 'ਚ ਹੀਰ ਪੜ੍ਹਨ ਵਾਲਾ ਇੱਕ ਅੱਧਾ ਬੰਦਾ ਲਾਜ਼ਮੀ ਹੁੰਦਾ ਸੀ, ਹੁਣ ਬਹੁਤ ਘੱਟ ਗਏ ਨੇ। ਹੁਣ ਸ਼ਾਇਦ ਕਈਆਂ ਪਿੰਡਾਂ 'ਚ ਕੋਈ ਵੀ ਘੱਟ ਵੱਧ ਹੀ ਜਿਹੇ ਬੰਦਾ ਲੱਭੇਗਾ ਕੋਈ ਕਿ ਜਿਹੜਾ ਹੀਰ ਪੜ੍ਹਦਾ ਹੋਵੇ ਜਾਂ ਜਿਹਨੂੰ ਹੀਰ ਜ਼ਬਾਨੀ ਯਾਦ ਹੋਵੇ। ਇਹ ਇੱਕ ਤਾਂ ਇਹ ਉਹ ਪੰਜਾਬੀ ਕਲਾਸੀਕਲ ਅਦਬ ਦਾ ਰਿਵਾਈਵਲ, ਔਰ ਦੂਜਾ ਜਿਹੜਾ ਸਭ ਤੋਂ ਅਹਿਮ ਇਸ ਮੌਕੇ 'ਤੇ, ਔਰ ਕਹਿੰਦੇ ਨੇ ਰਾਈਟ ਟਾਈਮ ਰਾਈਟ ਡਿਸੀਜਨ ਦੀ ਜਿਹੜੀ ਗੱਲ ਹੈ ਉਹ ਇਹ ਵੇ ਕਿ ਇਸ ਮੌਕੇ ਦੇ ਉੱਤੇ ਜਦੋਂ ਕਿ ਇਲੈਕਸ਼ਨ ਸਿਰ 'ਤੇ ਨੇ, ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਸਾਡੀ ਸਿਆਸੀ ਤਹਿਰੀਕ ਦੇ ਜ਼ਰੀਏ ਅੱਗੇ ਪਹੁੰਚਾਉਣ ਦਾ ਸਾਡੇ ਕੋਲ ਬਿਹਤਰੀਨ ਮੌਕਾ ਹੈ। ਯਾਨੀ ਅਸੀਂ ਇਹ ਇਲੈਕਸ਼ਨ ਆਪ ਤਾਂ ਨਹੀਂ ਲੜ ਰਹੇ, ਇਨਸ਼ਾਅੱਲਾ ਵੱਡਾ ਇਲੈਕਸ਼ਨ ਲੜਾਂਗਾ ਔਰ ਸਾਡੇ ਹੋਰ ਵੀ ਵੀਰ ਜਿਹੜੇ ਤਿਆਰ ਨੇ ਉਹ ਵੀ ਲੜਨਗੇ, ਲੇਕਿਨ ਇਸ ਇਲੈਕਸ਼ਨ 'ਚ ਅਸੀਂ ਇਹ ਫੈਸਲਾ ਪੰਜਾਬ ਨੈਸ਼ਨਲ ਮੂਵਮੈਂਟ ਨੇ ਕੀਤਾ ਹੈ ਕਿ ਅਸੀਂ ਐਸੇ ਲੋਕਾਂ ਨੂੰ ਸਪੋਰਟ ਕਰਾਂਗੇ, ਐਸੀਆਂ ਜਮਾਤਾਂ ਨੂੰ ਜਿਹੜੀਆਂ ਸਾਡੇ ਦੋ ਨਿਕਾਤ ਜਿਹੜੇ ਨੇ ਬੁਨਿਆਦੀ ਨਿਕਾਤ, ਉਹਨਾਂ ਨੂੰ ਆਪਣੇ ਮਨਸ਼ੂਰ ਦਾ ਹਿੱਸਾ ਬਣਾਉਣਗੇ। ਇੱਕ ਪਹਿਲੀ ਗੱਲ ਕਿ ਪੰਜਾਬੀ ਨੂੰ ਸਰਕਾਰੀ ਦਫ਼ਤਰੀ ਜ਼ਬਾਨ ਬਣਾਉਣ ਦਾ ਜਿਹੜਾ ਅਮਲ ਹੈ ਉਹਨੂੰ ਆਪਣੇ ਮਨਸ਼ੂਰ ਦਾ ਹਿੱਸਾ ਬਣਾਉਣ, ਆਪਣੇ ਮਨਸ਼ੂਰ 'ਚ ਇਲੈਕਸ਼ਨ ਤੋਂ ਪਹਿਲੇ ਉਹਨੂੰ ਸ਼ਾਮਿਲ ਕਰਨ ਕਿ ਪੰਜਾਬੀ ਨੂੰ ਸਰਕਾਰੀ ਦਫ਼ਤਰੀ ਜ਼ਬਾਨ ਬਣਾਉਣਗੇ, ਨਾਲ ਪੰਜਾਬੀ ਜਿਹੜੇ ਉਰਦੂ ਮੀਡੀਅਮ ਸਕੂਲ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਪੰਜਾਬੀ ਮੀਡੀਅਮ ਕੀਤਾ ਜਾਏਗਾ ਤਾਂ ਕਿ ਕੁਆਲਿਟੀ ਆਫ ਐਜੂਕੇਸ਼ਨ ਵਧੇ, ਮਿਆਰੇ ਤਲੀਮ ਵਧੇ। ਔਰ ਦੂਜਾ ਜਿਹੜਾ ਅਹਿਮ ਨੁਕਤਾ ਹੈ ਔਰ ਬੁਨਿਆਦੀ ਨੁਕਤਾ ਉਹ ਇਹ ਹੈ ਕਿ ਪੰਜਾਬ ਦੀ ਵੰਡ ਦੇ ਉੱਤੇ ਜਿਹੜੀਆਂ ਕਰਾਰਦਾਦਾਂ ਹੈ ਬਾਂਦਰ ਵੰਡ ਕਰਕੇ ਬੈਠੇ ਨੇ ਉਹਨਾਂ ਨੂੰ ਵਾਪਸ ਲੈਣ ਦਾ ਇੰਦੀਆ ਦੇਵੇ। ਜਿਹੜੀ ਜਮਾਤ ਇਹ ਕੰਮ ਕਰੇਗੀ ਅਸੀਂ ਉਹਨੂੰ ਉਹਦੀ ਹਮਾਇਤ ਦਾ ਐਲਾਨ ਕਰਾਂਗੇ, ਜਾਂ ਜਿਹੜਾ ਕੋਈ ਇਹਨਾਂ ਦਾ MPA ਵੀ ਇਹ ਐਲਾਨ ਕਰੇਗਾ ਕਿ ਉਹ ਜਾ ਕੇ ਇਹਨਾਂ ਦੋ ਨਕਾਰ ਦੇ ਉੱਤੇ ਮਜ਼ਾਮਤ ਕਰੇਗਾ ਔਰ ਕਰਾਰਦਾਦਾਂ ਪੇਸ਼ ਕਰੇਗਾ, ਅਸੀਂ ਉਹਦੀ ਵੀ ਹਮਾਇਤ ਦਾ ਐਲਾਨ ਕਰਾਂਗੇ, ਚਾਹੇ ਕਿਸੇ ਵੀ ਟਿਕਟ 'ਤੇ ਹੋਵੇ। ਲੇਕਿਨ ਅਗਰ ਉਹ ਕਹੇ ਕਿ ਜੀ ਮੈਂ ਅਸੈਂਬਲੀ 'ਚ ਜਾ ਕੇ ਪੰਜਾਬ ਦੀ ਵੰਡ ਦੇ ਖਿਲਾਫ਼ ਵੋਟ ਕਰਾਂਗਾ ਔਰ ਆਪਣੀ ਜਮਾਤ ਦੇ ਖਿਲਾਫ਼ ਬੋਲਾਂਗਾ ਇਸ ਮੁੱਦੇ ਦੇ ਉੱਤੇ, ਜਾਂ ਨਾਲ ਪੰਜਾਬੀ ਨੂੰ ਮੀਡੀਅਮ ਆਫ ਇੰਸਟਰਕਸ਼ਨ ਅਤੇ ਸਰਕਾਰੀ ਦਫ਼ਤਰੀ ਜ਼ਬਾਨ ਬਣਾਉਣ ਦੀ ਗੱਲ ਕਰਾਂਗਾ, ਕਰਾਰਦਾਦ ਪੇਸ਼ ਕਰਾਂਗਾ, ਅਸੀਂ ਉਹਨੂੰ ਵੀ ਇੰਡੀਵਿਜੁਅਲ ਲੈਵਲ 'ਤੇ ਸਪੋਰਟ ਕਰ ਸਕਦੇ ਹਾਂ, ਉਹਦੀ ਜਮਾਤ ਨੂੰ ਨਹੀਂ ਕਰ ਸਕਦੇ। ਮੈਂ ਸਮਝਦਾ ਇਸ ਮੌਕੇ ਦੇ ਉੱਤੇ ਜਿਹੜਾ ਪੰਜਾਬੀ ਸਮਝਦਾ ਹੈ, ਮੈਨੂੰ ਪਤਾ ਅਕਸਰੀਅਤ ਪੰਜਾਬੀਆਂ ਦੀ, ਪੰਜਾਬ ਦੀ ਅਕਸਰੀਅਤ ਜਿਹੜੀ ਹੈ ਉਹ ਪੰਜਾਬ ਦੀ ਵੰਡ ਦੇ ਵੀ ਖਿਲਾਫ਼ ਹੈ ਔਰ ਪੰਜਾਬੀ ਨੂੰ ਆਪਣੀ ਮਾਦਰੀ ਜ਼ਬਾਨ ਨੂੰ, ਆਪਣੀ ਮਾਂ ਦੀ ਜ਼ਬਾਨ ਨੂੰ ਸਰਕਾਰੀ ਦਫ਼ਤਰੀ ਜ਼ਬਾਨ ਵੀ ਵੇਖਣਾ ਚਾਹੁੰਦੀ, ਜਿਵੇਂ ਸਿੰਧ 'ਚ, ਜਿਵੇਂ ਉੱਥੇ ਮੈਡੀਕਲ ਬਣਦੇ ਨੇ ਸਿੰਧੀ 'ਚ, ਜਿਵੇਂ ਉੱਥੇ ਅਦਾਲਤੀ ਕਾਰਵਾਈ ਸਿੰਧੀ 'ਚ ਹੁੰਦੀ ਹੈ, ਦਫ਼ਤਰੀ ਕਾਰਵਾਈ ਸਿੰਧੀ 'ਚ ਹੁੰਦੀ ਹੈ। ਉਹ ਵੀ ਪਾਕਿਸਤਾਨ ਦਾ ਹਿੱਸਾ ਹੈ, ਪਾਕਿਸਤਾਨ ਦਾ ਇੱਕ ਸੂਬਾ ਹੈ, ਪੰਜਾਬ ਵੀ ਪਾਕਿਸਤਾਨ ਦਾ ਇੱਕ ਸੂਬਾ ਹੈ। ਅਤੇ ਜਿਹੜਾ ਜਿਹੜਾ ਬੰਦਾ ਇਹਨਾਂ ਦੋਵਾਂ ਚੀਜ਼ਾਂ ਦੇ ਹਮਾਇਤ ਰੱਖਦਾ ਹੈ ਔਰ ਸਮਝਦਾ ਹੈ ਕਿ ਦਰੁਸਤ ਨੇ ਔਰ ਪੰਜਾਬੀ ਮਾਵਾਂ ਦੀ ਔਲਾਦ ਹੈ, ਉਹਨੂੰ ਮੈਂ ਸਮਝਦਾ ਇਹ ਇਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਵੀ ਜਮਾਤ ਨੂੰ, ਕਿਸੇ ਵੀ ਕਿਆਦਤ ਨੂੰ ਕਬੂਲ ਨਹੀਂ ਕਰਨਾ ਚਾਹੀਦਾ। ਸਾਨੂੰ ਉਹ ਬਤੌਰ ਕਿਆਦਤ ਕਬੂਲ ਕਰੇ ਨਾ ਕਰੇ, ਸਾਡੀ ਜਮਾਤ ਨੂੰ ਕਰੇ ਨਾ ਕਰੇ, ਲੇਕਿਨ ਜੇ ਉਹ ਆਪਣੇ ਆਪ ਨੂੰ ਪੰਜਾਬੀ ਮਾਂ ਦੀ ਔਲਾਦ ਕਹਿੰਦਾ, ਜੇ ਉਹ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਸਮਝਦਾ, ਅਤੇ ਉਹਨੂੰ ਫਿਰ ਇਹ ਜ਼ਮੀਰ ਫਰੋਸ਼ੀ, ਇਹ ਧਰਤੀ ਫਰੋਸ਼ੀ, ਇਹ ਦਲਾਲੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਮੈਂ ਵਾਅਦੇ ਤੌਰ 'ਤੇ ਕਹਿ ਰਿਹਾ, ਅਗਰ ਤੁਸੀਂ ਪੰਜਾਬ ਦੀ ਵੰਡ ਦੇ ਖਿਲਾਫ਼ ਵੋਟ ਵੰਡ ਦੇ ਹੱਕ 'ਚ ਵੋਟ ਮਤਲਬ ਇਹਨਾਂ ਜਮਾਤਾਂ ਨੂੰ ਵੋਟ ਪਾਉਂਦੇ ਹੋ, ਇਹਦਾ ਮਤਲਬ ਤੁਸੀਂ ਪੰਜਾਬ ਦੀ ਵੰਡ ਦੇ ਹੱਕ 'ਚ ਵੋਟ ਪਾਉਂਦੇ ਹੋ, ਕਿਉਂਕਿ ਇਹ ਜਮਾਤਾਂ ਸਾਰੀਆਂ ਦੀਆਂ ਸਾਰੀਆਂ ਮੁਤਫਿਕਾ ਤੌਰ 'ਤੇ ਉੱਥੇ ਪੰਜਾਬ ਅਸੈਂਬਲੀ 'ਚ ਵੋਟ ਪਾ ਚੁੱਕੀਆਂ ਨੇ ਵੰਡ ਨੂੰ। ਇਸੇ ਤਰ੍ਹਾਂ ਇਹਨਾਂ ਜਮਾਤਾਂ 'ਚੋਂ ਕਿਸੇ ਵੀ ਪੰਜਾਬੀ ਨੂੰ ਸਰਕਾਰੀ ਦਫ਼ਤਰੀ ਬਣਾਉਣ ਦਾ ਐਲਾਨ ਨਹੀਂ ਕੀਤਾ, ਅੱਜ ਤੀਕਰ ਇਹਨਾਂ ਦੇ ਮਨਸ਼ੂਰ ਦਾ ਉਹ ਹਿੱਸਾ ਨਹੀਂ ਹੈ, ਹਾਲਾਂਕਿ ਇਹੀ ਸਿੰਧ ਇਹੀ ਪਾਕਿਸਤਾਨ ਦਾ ਹਿੱਸਾ ਹੈ,
ਉੱਥੇ ਸਾਰਾ ਕੁਛ ਹੈ, ਉੱਥੇ ਪੀਪਲਸ ਪਾਰਟੀ ਜਿਹੜੀ ਹੈ ਉਹ ਵੀ ਉਸ ਦੀ ਹਮਾਇਤ ਕਰਦੀ, ਲੇਕਿਨ ਇੱਥੇ ਪੀਪਲਸ ਪਾਰਟੀ ਦਾ ਪੰਜਾਬ ਦੇ ਵਿੱਚ ਮਨਸ਼ੂਰ ਦੇ ਵਿੱਚ ਪੰਜਾਬੀ ਜ਼ਬਾਨ ਸ਼ਾਮਿਲ ਨਹੀਂ। ਠੀਕ ਹੈ, ਔਰ ਇਹ ਨਿਰਾ ਗਿਲਾ ਪੀਪਲਸ ਪਾਰਟੀ ਦੇ ਇਸ ਗੱਲੋਂ ਨਹੀਂ ਕਿ ਬਾਕੀ ਵੀ ਇੰਜ ਦੀਆਂ ਹੀ ਨੇ। ਨੂਨ ਲੀਗ ਜਿਹੜੀ ਪੰਜਾਬੀਆਂ ਦੇ ਵੋਟਾਂ ਨਾਲ ਵਜ਼ੀਰ ਆਜ਼ਮ ਬਣਦੇ ਰਹੇ ਨੇ, ਇਮਰਾਨ ਖਾਨ ਜਿਹੜਾ ਪੰਜਾਬੀਆਂ ਦੀ ਅਕਸਰੀਅਤ ਨਾਲ ਵਜ਼ੀਰ ਆਜ਼ਮ ਬਣਦਾ ਰਿਹਾ, ਇਹਨਾਂ ਵੀ ਇਹੀ ਬਗੈਰਤੀ ਕੀਤੀ, ਇਹੀ ਧਰਤੀ ਫਰੋਸ਼ੀ ਕੀਤੀ, ਇਹਨਾਂ ਵੰਡ ਨੂੰ ਵੀ ਵੋਟ ਪਾਇਆ, ਇਹਨਾਂ ਮਾਂ ਬੋਲੀ ਦੀ ਗੱਲ ਵੀ ਨਹੀਂ ਕੀਤੀ। ਲਿਹਾਜ਼ਾ ਤੁਹਾਡੇ ਸਾਰਿਆਂ ਵੀਰਾਂ ਕੋਲੋਂ ਪਹਿਲੀ ਬੇਨਤੀ ਤਾਂ ਇਹ ਕਿ ਜੇ ਆਪਣੇ ਆਪ ਨੂੰ ਪੰਜਾਬੀ ਮਾਵਾਂ ਦੀ ਔਲਾਦ ਸਮਝਦੇ ਹੋ ਤਾਂ ਤੁਸੀਂ ਵੋਟ ਨਹੀਂ ਪਾਓਗੇ, ਇਹਨਾਂ ਸ਼ਰਤਾਂ ਤੋਂ ਬਿਨਾਂ ਤੁਸੀਂ ਵੋਟ ਨਹੀਂ ਪਾਓਗੇ, ਮੂੰਹੋਂ ਕਢਾਓਗੇ, ਮਨਸ਼ੂਰ 'ਚ ਲਿਆਓਗੇ ਅਤੇ ਵੋਟ ਪਾਓਗੇ, ਨਹੀਂ ਤਾਂ ਉਡੀਕੋ ਸਾਨੂੰ, ਅਸੀਂ ਅਗਲੇ ਇਲੈਕਸ਼ਨ 'ਚ ਇਨਸ਼ਾਅੱਲਾ ਹਾਜ਼ਰ ਹੋਵਾਂਗੇ। ਅੱਲਾ ਪਾਕ ਹਿੰਮਤ ਤੌਫੀਕ ਦਿੱਤੀ, ਜ਼ਿੰਦਗੀ ਦਿੱਤੀ ਅਤੇ ਅਗਲੇ ਇਲੈਕਸ਼ਨ 'ਚ ਆਵਾਂਗੇ, ਤੁਹਾਡੀ ਆਪਣੀ ਜਮਾਤ, ਪੰਜਾਬੀਆਂ ਦੀ ਆਪਣੀ ਜਮਾਤ ਇਲੈਕਸ਼ਨ ਲੜੇਗੀ, ਔਰ ਬਹੁਤ ਸਾਰੇ ਹਲਕਿਆਂ 'ਚੋਂ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਬੰਦੇ ਜਿਹੜੇ ਲੜਨ ਦੀ ਖਵਾਹਿਸ਼ ਜ਼ਾਹਿਰ ਕਰਨਗੇ, ਅਸੀਂ ਉਹਦੇ ਨਾਲ ਖਲੋਵਾਂਗੇ, ਉਹਨਾਂ ਦੇ ਨਾਲ ਖਲੋਵਾਂਗੇ। ਪੰਜਾਬ ਨੈਸ਼ਨਲ ਮੂਵਮੈਂਟ ਦਾ ਤਿੰਨ ਰੰਗਾਂ ਦਾ ਝੰਡਾ ਜਿਹੜਾ, ਬਸੰਤੀ ਰੰਗ ਅਤੇ ਇਨਕਲਾਬੀ ਰੰਗ ਅਤੇ ਚਿੱਟਾ ਰੰਗ ਪਾਕਿਜ਼ਗੀ ਦਾ, ਉਹ ਯਾਦ ਰੱਖਣਾ, ਚੇਤੇ ਰੱਖਣਾ, ਖੱਟਾ, ਰੱਤਾ ਅਤੇ ਚਿੱਟਾ। ਬਾਕੀ ਰਹੀ ਗੱਲ ਅਕਸਰ ਵੇਲੀ ਜਿੰਨਾ ਆਟਾ ਗੁੰਨ ਦੀ ਦੇਲਣ ਵਾਲੀ ਗੱਲ ਹੈ ਜਾਂ ਮਨ ਹਰਾਮੀ ਉੱਚਾ ਢੇਰ, ਉਹ ਕਈ ਇਹ ਵੀ ਗੱਲ ਕਰਦੇ ਨੇ ਜੀ ਤੁਸੀਂ ਹਾਲੇ ਤੱਕ ਰਜਿਸਟ੍ਰੇਸ਼ਨ ਕਿਉਂ ਨਹੀਂ ਕਰੋ। ਰਜਿਸਟ੍ਰੇਸ਼ਨ ਸਾਡੇ ਲਈ ਅਹਿਮ ਨਹੀਂ, ਪੰਜਾਬ ਨੈਸ਼ਨਲ ਮੂਵਮੈਂਟ ਇਸ ਵਕਤ ਇੱਕ ਬਾਕਾਇਦਾ ਸਿਆਸੀ ਜਮਾਤ ਔਰ ਸਿਆਸੀ ਤਰੀਕ ਹੈ, ਜਿਹਦਾ ਜ਼ਿਕਰ ਪਾਕਿਸਤਾਨ ਦੀ ਜਿਹੜੀ ਇਹ ਹਿਊਮਨ ਰਾਈਟ ਕਮਿਸ਼ਨ ਆਫ ਪਾਕਿਸਤਾਨ 'ਚ ਵੀ ਮੌਜੂਦ ਹੈ ਵੇ, ਖਬਰਾਂ ਦੇ ਤੌਰ 'ਤੇ, ਪ੍ਰੈਸ ਰਿਲੀਜ਼ਾਂ ਦੇ ਤੌਰ 'ਤੇ, ਪ੍ਰੈਸ ਕਾਨਫਰੰਸ ਦੇ ਤੌਰ 'ਤੇ, ਅਖਬਾਰਾਂ 'ਚ ਸਾਡੇ ਸਬੂਤ ਨੇ, ਹਰ ਤਰ੍ਹਾਂ ਦੇ ਸਬੂਤ ਅਸੀਂ ਦੇ ਚੁੱਕੇ ਹੋਏ ਹਾਂ। ਸਾਨੂੰ ਇਹ ਇੰਜ ਦੀ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਨਹੀਂ, ਔਰ ਉਹ ਵੀ ਉਰਦੂ ਵਾਲੇ ਕੌਨਸਟੀਟਿਊਸ਼ਨ ਦੇ। ਅਸੀਂ ਜਦੋਂ ਇਲੈਕਸ਼ਨ ਲੜਾਂਗੇ ਔਰ ਆਪਣੇ ਉਮੀਦਵਾਰਾਂ ਨੂੰ ਜਦੋਂ ਅਸੀਂ ਸਪੋਰਟ ਕਰਾਂਗੇ ਅਤੇ ਸਾਡੇ ਉਮੀਦਵਾਰਾਂ ਦੇ ਪਿੱਛੇ ਪੰਜਾਬ ਨੈਸ਼ਨਲ ਮੂਵਮੈਂਟ ਦਾ ਝੰਡਾ ਲੱਗੇਗਾ, ਇੰਤਖਾਬੀ ਨਿਸ਼ਾਨ ਉਹਨਾਂ ਨੂੰ ਜਿਹੜਾ ਮਰਜ਼ੀ ਅਲਾਟ ਕਰਦੇ ਨੇ, ਇਸ ਤੋਂ ਬਾਅਦ ਰਜਿਸਟਰਡ ਜਮਾਤ ਦੀ ਕੋਈ ਅਹਿਮੀਅਤ ਨਹੀਂ। ਅਸਲ ਗੱਲ ਨਜ਼ਰੀਏ ਦੀ ਹੈ, ਔਰ ਜਦੋਂ ਵੇਲਾ ਆਇਆ ਤਾਂ ਖੈਰ ਉਹ ਵੀ ਹੋ ਜਾਏਗਾ, ਲੇਕਿਨ ਅਸਲ ਗੱਲ ਨਜ਼ਰੀਏ ਦੀ ਹੈ। ਉਹ ਨਜ਼ਰੀਆ ਸਾਡਾ ਜਿਹੜਾ ਰੱਬ ਦੀ ਮਿਹਰ ਹੈ, ਸਾਡਾ ਨਜ਼ਰੀਆ ਪੀਪਲਸ ਪਾਰਟੀ ਤੋਂ ਜ਼ਿਆਦਾ ਕਲੀਅਰ ਹੈ, ਸਾਡਾ ਨਜ਼ਰੀਆ ਨੂਨ ਲੀਗ ਤੋਂ ਜ਼ਿਆਦਾ ਕਲੀਅਰ ਹੈ, ਸਾਡਾ ਨਜ਼ਰੀਆ PTI ਤੋਂ ਜ਼ਿਆਦਾ ਕਲੀਅਰ ਹੈ, ਔਰ ਤਮਾਮ ਜਿਹੜੀਆਂ ਰਜਿਸਟਰਡ ਜਮਾਤਾਂ ਨੇ ਉਹਨਾਂ ਤੋਂ ਜ਼ਿਆਦਾ ਕਲੀਅਰ ਹੈ, ਜ਼ਿਆਦਾ ਪੜ੍ਹਿਆ ਲਿਖਿਆ ਹੈ। ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਅਤੇ ਪੰਜਾਬ ਅੱਗੇ ਜਾਏਗਾ ਅਤੇ ਪਾਕਿਸਤਾਨ ਅੱਗੇ ਜਾਏਗਾ। ਪੰਜਾਬ ਤੋਂ ਬਿਨਾਂ ਪਾਕਿਸਤਾਨ ਅੱਗੇ ਨਹੀਂ ਜਾ ਸਕਦਾ, ਲਿਖ ਕੇ ਰੱਖ ਲਓ। ਸਾਡਾ ਪਾਕਿਸਤਾਨ ਹਰ ਦਿਨ ਪਿੱਛੇ ਹੀ ਗਿਆ, ਅੱਗੇ ਨਹੀਂ ਆਇਆ। 75 ਸਾਲਾਂ 'ਚ ਕੋਈ ਇੱਕ ਦਿਨ ਐਸਾ ਨਹੀਂ ਆਇਆ ਜਿਸ ਦਿਨ ਪਾਕਿਸਤਾਨ ਦੀ ਬਿਹਤਰੀ ਹੋਈ ਹੋਵੇ, ਪਾਕਿਸਤਾਨ ਦੀ ਮਈਸ਼ਤ ਬਿਹਤਰ ਹੋਈ। ਥੱਲੇ ਹੀ ਕਹੀਏ, ਤੁਸੀਂ ਡਾਲਰ ਦਾ ਰੇਟ 47 ਤੋਂ ਲੈ ਕੇ ਅੱਜ ਚੈੱਕ ਕਰ ਲਓ, ਹਮੇਸ਼ਾ ਡਾਲਰ ਉੱਤੇ ਹੀ ਗਿਆ, ਥੱਲੇ ਨਹੀਂ ਆਇਆ, ਰੁਪਈਆ ਹੀ ਥੱਲੇ ਗਿਆ। ਅਤੇ ਲਿਹਾਜ਼ਾ ਪਾਕਿਸਤਾਨ ਦੀ ਖੈਰਖਾਹੀ ਚਾਹੁੰਦੇ ਹੋ, ਪੰਜਾਬ ਦੀ ਖੈਰਖਾਹੀ ਚਾਹੁੰਦੇ ਹੋ, ਆਪਣੀ ਮਾਂ ਦੀ ਜ਼ੁਬਾਨ ਨੂੰ ਜਿਉਂਦਾ ਰੱਖਣਾ ਚਾਹੁੰਦੇ ਹੋ ਅਤੇ ਸਾਡੀਆਂ ਬਾਹਾਂ ਬਣੋ, ਸਾਨੂੰ ਮਦਦ ਕਰੋ। ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਕਰਨਾ ਸੌਖਾ ਵੀ ਹੈ, ਲੇਕਿਨ ਮੈਂ ਅੱਗੇ ਕਹਿ ਚੁੱਕਿਆ ਕਿ ਜਦੋਂ ਤੱਕ ਅਮਲੀ ਜਦੋਜਹਿਦ ਨਾਲ ਨਹੀਂ ਜੁੜੇਗੀ ਅਤੇ ਲੋਕਾਂ ਦੀ ਜੁੜਤ ਨਹੀਂ ਬਣੇਗੀ। ਅਸੀਂ ਇਹ ਸਿਲਸਿਲਾ ਸ਼ੁਰੂ ਕੀਤਾ ਹੈ, ਔਰ ਜ਼ਾਹਿਰ ਹੈ ਕਿ ਸਾਡੀ ਕੋਈ ਜਮਾਤ ਫੋਰਨ ਫੰਡਿਡ ਨਹੀਂ ਹੈ, ਆਪਸ 'ਚ ਹੀ ਕੰਟਰੀਬਿਊਸ਼ਨ ਹੁੰਦੀ। ਜਿਹੜੇ ਕੋਈ ਈਵੈਂਟ ਕਰਨੇ ਆ ਸਾਡੇ ਆਪਣੇ ਮੁੰਡੇ, ਸਾਡੇ ਆਪਣੇ ਵੀਰ ਰੱਬ, ਇਹਨਾਂ ਸਾਰਿਆਂ ਦੀ ਯਾਦੀ ਕਰੇ, ਇਹ ਕੰਟਰੀਬਿਊਟ ਕਰਕੇ ਈਵੈਂਟਸ ਹੁੰਦੇ ਨੇ। ਅਤੇ ਮੈਂ ਚਾਹਾਂਗਾ ਕਿ ਹੋਰ ਵੀ ਜਿਹੜੇ ਸਾਡੇ ਹਮਖਿਆਲ ਲੋਕ ਨੇ ਉਹ ਇਸ ਕੰਟਰੀਬਿਊਸ਼ਨ 'ਚ ਹਿੱਸਾ ਪਾਉਣ, ਤਾਂ ਕਿ ਅਸੀਂ ਇਹ ਜਿਹੜਾ ਵੱਡਾ ਮਿਸ਼ਨ ਆਪਣੇ ਸਿਰ 'ਤੇ ਲੈ ਕੇ ਤੁਰੇ ਹਾਂ, ਇਹਨੂੰ ਅਸੀਂ ਪੂਰਾ ਕਰ ਸਕੀਏ। ਸਾਡੀ ਸਲਾਹ ਇਹ ਵੇ ਕਿ ਅਸੀਂ ਪੂਰੇ ਪੰਜਾਬ 'ਚ ਇਲੈਕਸ਼ਨ ਤੋਂ ਪਹਿਲੇ ਜਿੱਥੇ ਜਿੱਥੇ ਮੁਮਕਿਨ ਹੋਵੇ ਇਹਦੇ ਈਵੈਂਟ ਕਰੀਏ, ਮੁਖਤਲਿਫ ਸ਼ਹਿਰਾਂ 'ਚ ਕਰੀਏ, ਵੱਖੋ ਵੱਖ ਥਾਵਾਂ 'ਤੇ ਕਰੀਏ, ਤਾਂ ਕਿ ਇਹ ਸਾਡਾ ਜਿਹੜਾ ਮੌਕਫ ਹੈ, ਜਿਹੜਾ ਹੱਕ ਸੱਚ ਦਾ ਮੁਕੱਦਮਾ ਹੈ, ਇਹਨੂੰ ਸਿਆਸੀ ਜਮਾਤਾਂ ਦੇ ਮੂੰਹ 'ਤੇ ਲਿਆਂਦਾ ਜਾ ਸਕੇ ਉਦੋਂ ਤੀਕਰ। ਅਤੇ ਇਹਦੇ ਵਾਸਤੇ ਤੁਹਾਡੇ ਤਾਵਨ ਦੀ ਜ਼ਰੂਰਤ ਹੈ। ਜਿਹੜੇ ਵੀਰ ਕੰਟਰੀਬਿਊਟ ਕਰ ਸਕਦੇ ਨੇ ਮਾਲੀ ਤੌਰ 'ਤੇ, ਉਹ ਕੰਟਰੀਬਿਊਟ ਕਰਨ, ਵੀਰ ਹਰਸ ਖਾਨਜ਼ਾਦਾ ਦਾ ਨੰਬਰ ਲੈ ਲੈਣ, ਉਹਨਾਂ ਕੋਲ ਆਪਣੀ ਕੰਟਰੀਬਿਊਸ਼ਨ ਜਮ੍ਹਾਂ ਕਰਾਉਣ। ਜਿਹੜੇ ਸਾਡੀਆਂ ਪੋਸਟਾਂ 'ਤੇ ਸ਼ੇਅਰ ਕਰ ਸਕਦੇ ਨੇ, ਮੈਂ ਵਾਰ ਵਾਰ ਕਹਿੰਦਾ ਰਹਿੰਦਾ, ਉਹ ਬਹੁਤ ਅਹਿਮ ਹੈ ਕਿ ਜੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਨਾ ਕਿਸੇ ਤਰੀਕੇ ਲਈ, ਔਰ ਸਮਝਦੇ ਹੋ ਕਿ ਦਰੁਸਤ ਤਰੀਕੇ,
और तुसी उहदे हम ख्याल हो, तुसी उहदे हामी हो, तो फिर साडियां पोस्टां जरूर शेयर करो, साडे स्टेटस जरूर शेयर करो, ताकि साडी गल दूर तक रपड़े। ये प्रोग्राम जमीन के उत्ते जदोजहद का भी मकसद ये कि गल दूर तिकर लैके जाइए, जुड़त दूर तिकर बनाइए, तो सोशल मीडिया से तुम साझा कर रहे हो तो वह भी मकसद ये कि दुनिया को पता लगे कि इतने जदोजहद हो रही है। ये तुहाडे तावन तो बगैर नहीं मुमकिन। जिहड़े वीर अमली तौर पर हिस्सा बन सकते हैं वह मैं समझना सब तो अगे सब तो वड्डी गल है, सब तो वधिया गल है कि कोई बंदा अपना वक्त देवे तारीख नूं साडे नाल मोढ़ा मोढ़े नाल मोढ़ा जोड़ के साडे नाल खलोवे, तो उस तो वधिया तो गल ही कोई नहीं। तो जिहड़े अमली तौर पर बन सकते हैं वह भी राबता करन और साडे जिन्ने भी मुस्तकबिल दे इवेंट्स ने उन्हां दा हिस्सा बनन की कोशिश करन। ये सब कुछ जिहड़ा है ये असीं कल्ले नहीं कर सकते, इहदे विच तुहाडा साथ बहुत जरूरी। तुसीं मजहबी मकासद वास्ते बड़े चंदे देंदे हो, मसीतां नूं बथेरे चंदे देंदे हो, यकीन करो ये मजहब का भी मुद्दा है। जिहड़ियां दो कुरान पाक दी आयात ने जबान दे बारे च जिहड़े वादे अहकामात ने उन्हां दी रोशनी दे विच जबान नूं छड़ना अहकामे इलाही दी खिलाफ वर्जी। वो आयात आयात मुबारक किसी बंदे ने कल परसों एक गल की है, जहालत बड़ी साडे आम है, उन्हें कहा ये आयात जिहड़ियां ने इहदा अरबां च तबलीग वास्ते। मैं कहा भाई ये अरबां च तबलीग वास्ते तो फिर इस्लाम भी सऊदी अरब वापस लै जाओ। अगर कलाम अल्लाह दियां कुराने पाक दियां आयात जिहड़ा कि रब्बुल आलमीन का कलाम है, आलमीन दे रब का कलाम है, वह अगर सिर्फ अरबां वास्ते तो फिर कुराने पाक भी सऊदी अरब लै जाओ तो इस्लाम भी सऊदी अरब वापस लै जाइए। असी नहीं, इस्लाम ए आलमी दीन है, आलमीन का दीन है, हर कौम वास्ते किताब अल्लाह हर कौम वास्ते उहदे च लिखिया हर लफ्ज हर कौम वास्ते। ये बिल्कुल गलत फहमी और मुनाफकत है कि जिहड़ा ये समझना कि जी कोई मखसूस आयत जिहड़ी है वह एक आयत नहीं, दो आयतां ने, होर भी आयतां ने जिहड़ियां जबान दे हवाले नाल ने और वाज़े अहकामात ने कि तुसीं जिस धरती ते जाणा है उस धरती की जबान नूं तुसीं अपनाउणा है, बजाय इसदे कि किसी तीजी जबान नूं अपनाउणा है जिवें उर्दू नूं अपनाई फिरदे जी तुसीं। और जिहड़ा कलंक दा टीका तुहाडे मत्थे ते लगा उहनूं तुसीं बड़ा फखर दसदे हो। पंजाबियों का आपस च उर्दू च गल करना जिहड़ा है वह जहालत है, सिर्फ जहालत, इनू अनपढ़ भी नहीं कह सकते। जिहड़े पंजाबी आपस च गलबात उर्दू च करदे ने जाहिल ने, वह अनपढ़ भी नहीं, उन्हां नालों अनपढ़ चंगे ने। बहरहाल आही कुछ सी, मैं बेनती करना फिर कि तुसी वीर साथ दिओ, मोढ़ा लो, कंट्रीब्यूट करो, अमली जदोजहद का हिस्सा बनो, या जिहड़ा है वह जिन्ने भी इत्थे पोस्टां साडियां शेयर हुंदियां ने उन्हां नूं अग्गे सांझा करिया करो, रीपोस्ट करिया करो, डाउनलोड करके रीपोस्ट करिया करो। रब राखा, अपना ख्याल रख्या जी। अव्वल आखर पंजाब, जीवन पंजाबी लाल, रब राखा।